ਪੰਜਾਬ ਵਿੱਚ 2 ਸਾਲ ਦੀ ਬੀਏਡ ਲਈ ਜੁਆਇੰਟ ਐਂਟਰੈਂਸ ਟੈਸਟ ਕਾਮਨ ਐਂਟਰੈਂਸ ਟੈਸਟ ਜਿਹੜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਲਿਆ ਜਾਣਾ ਹੈ ਉਸਦੀ ਡੇਟ ਬਾਰ ਬਾਰ ਪੁੱਛੀ ਜਾ ਰਹੀ ਹੈ ਇਹ ਦੱਸਦੇ ਹਾਂ ਜੋ ਅਪਡੇਟ ਨੇ ਡਾਕਟਰ ਅਨੁਰਾਧਾ ਸ਼ਰਮਾ ਜੋ ਕੋਆਰਡੀਨੇਟਰ ਨੇ ਜਿਨ੍ਹਾਂ ਨੇ ਸਾਰੀ ਜ਼ਿੰਮੇਵਾਰੀ ਇਹ ਲੈਣੀ ਹੈ ਜਿਵੇਂ ਪਿਛਲੇ ਸਾਲ ਡਾਕਟਰ ਅਮਿਤ ਕੌਰਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਐਜੂਕੇਸ਼ਨ ਡਿਪਾਰਟਮੈਂਟ ਤੋਂ ਸੀ ਇਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਡਾਕਟਰ ਅਨੁਰਾਧਾ ਸ਼ਰਮਾ ਇਸ ਵਾਰ ਸੇਮ ਰਿਸਪੋਂਸੀਬਿਲਿਟੀ ਨਿਭਾਉਣਗੇ ਸੋ ਉਹਨਾਂ ਤੋਂ ਜਿਹੜੀ ਜਾਣਕਾਰੀ ਇਹ ਮਿਲੀ ਹੈ ਕਿ ਕਦੋਂ ਤੋਂ ਇਹ ਪ੍ਰੋਸੀਜਰ ਸ਼ੁਰੂ ਹੋ ਜਾਏਗਾ ਕੁਛ ਕੰਪਿਊਟਰ ਡਿਪਾਰਟਮੈਂਟ ਦੇ ਕਰਕੇ ਅਤੇ ਇਲੈਕਸ਼ਨ ਦੇ ਕਰਕੇ ਇਹ ਜਿਹੜੀ ਡੇਟ ਲਗਭਗ 2 ਜੂਨ ਤੋਂ 4 ਜੂਨ ਦੇ ਵਿੱਚ ਇਹ ਫੋਰਮ ਫਿਲਿੰਗ ਸਟਾਰਟ ਹੋ ਜਾਏਗੀ ਇਹ ਵੀ ਇੱਕ ਜਾਣਕਾਰੀ ਮਿਲੀ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਜਾਂ ਫੈਕਲਟੀ ਆਫ ਐਜੂਕੇਸ਼ਨ ਵੱਲੋਂ ਇਹ ਗੌਰਮੈਂਟ ਆਫ ਪੰਜਾਬ ਨੂੰ ਕਿਹਾ ਗਿਆ ਸੀ ਕਿ ਐਂਟਰੈਂਸ ਟੈਸਟ ਨਾ ਲਿਆ ਜਾਵੇ ਲੇਕਿਨ ਪੰਜਾਬ ਗੌਰਮੈਂਟ ਦਾ ਇਹ ਜਵਾਬ ਰਿਹਾ ਹੈ ਕਿ ਕਿਉਂਕਿ ਇਹ ਹਾਈ ਕੋਰਟ ਦਾ ਡਿਸੀਜ਼ਨ ਹੈ ਕਿ ਪੰਜਾਬ ਦੇ ਵਿੱਚ ਬੀ ਐੱਡ ਦੇ ਕੋਰਸ ਦੀ ਐਡਮਿਸ਼ਨ ਲਈ ਐਂਟਰੈਂਸ ਟੈਸਟ ਜ਼ਰੂਰ ਹੋਏਗਾ ਦੂਸਰਾ ਜਵਾਬ ਵਿੱਚ ਇਹ ਸ਼ਾਮਿਲ ਸੀ ਕਿ ਨੋਟੀਫਿਕੇਸ਼ਨ ਹੋ ਚੁੱਕੀ ਹੈ ਸੋ ਇਸ ਵਾਰ ਐਂਟਰੈਂਸ ਟੈਸਟ ਹਰ ਹਾਲਤ ਵਿੱਚ ਕੈਂਸਲ ਨਹੀਂ ਹੋ ਸਕਦਾ ਸੋ ਬੀ ਐੱਡ ਦੇ ਕੈਂਡੀਡੇਟ ਜਿਹੜੇ ਇਹ ਇੱਛਾ ਰੱਖਦੇ ਨੇ ਕਿ ਉਹਨਾਂ ਨੇ ਬੀ ਐੱਡ ਕਰਨੀ ਆ ਹਰ ਹਾਲਤ ਵਿੱਚ ਐਂਟਰੈਂਸ ਟੈਸਟ ਦੀ ਤਿਆਰੀ ਜ਼ਰੂਰ ਕਰ ਲੈਣ ਪ੍ਰੋਸੀਜਰ ਉਸੇ ਤਰ੍ਹਾਂ ਹੋਏਗਾ ਸਿਲੇਬਸ ਚੇਂਜ ਬਾਰੇ ਜਾਂ ਪੈਟਰਨ ਚੇਂਜ ਬਾਰੇ ਐਗਜ਼ਾਮ ਪੈਟਰਨ ਚੇਂਜ ਬਾਰੇ ਹਜੇ ਤੱਕ ਕੋਈ ਜਾਣਕਾਰੀ ਨਹੀਂ ਹੈ ਜਦੋਂ ਹੀ ਜਾਣਕਾਰੀ ਮਿਲਦੀ ਹੈ ਮੈਂ ਅਪਡੇਟ ਕਰ ਦਿਆਂਗਾ ਤੀਸਰੀ ਗੱਲ ਇਹ ਹੈ ਕਿ ਜਿਹੜੀ ਪੰਜਾਬ ਸੋਰੀ ਯੂਨੀਅਨ ਟੈਰੀਟਰੀ ਚੰਡੀਗੜ੍ਹ ਵਿੱਚ ਕਾਲਜ ਹੈ ਇਸ ਕੌਂਸਲਿੰਗ ਵਿੱਚ ਉਹ ਸ਼ਾਮਿਲ ਨਹੀਂ ਹੁੰਦੇ ਉਹਨਾਂ ਦੀ ਵੱਖਰੀ ਕੌਂਸਲਿੰਗ ਹੁੰਦੀ ਨੇ ਉਹ ਲਗਭਗ ਇੱਕ ਗਵਰਨਮੈਂਟ ਕਾਲਜ ਹੈ ਏਡਡ ਕਾਲਜ ਹੈ ਜਾਂ ਇੱਕ ਦੋ ਪ੍ਰਾਈਵੇਟ ਕਾਲਜ ਵੀ ਆਉਂਦੇ ਹੋਣਗੇ ਉਹਨਾਂ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਖਰੇ ਤੋਂ ਜਿਹੜਾ ਹੈ ਪ੍ਰੋਸੀਜਰ ਇਹ ਕੰਡਕਟ ਕਰਦੀ ਹੈ ਉਹ ਪ੍ਰੋਸੀਜਰ ਵੀ ਲਗਭਗ ਨਾਲ ਹੀ ਚੱਲੇਗਾ ਮਤਲਬ ਸਮੇਂ ਦੇ ਨਾਲ ਚੱਲੇਗਾ ਲੇਕਿਨ ਉਹਨਾਂ ਦੇ ਕੋਆਰਡੀਨੇਟਰ ਜਾਂ ਕਨਵੀਨਰ ਨਾਇਰ ਸਾਹਿਬ ਵੱਖਰੇ ਨੇ ਸੋ ਜਿਹੜੇ ਵਿਦਿਆਰਥੀ ਇਹ ਚਾਹੁੰਦੇ ਹਨ ਕਿ ਚੰਡੀਗੜ੍ਹ ਦੀ ਟੈਰੀਟਰੀ ਦੇ ਵਿੱਚ ਯੂਨੀਅਨ ਟੈਰੀਟਰੀ ਵਿੱਚ ਜਿਹੜੇ ਕਾਲਜ ਨੇ ਉਹਨਾਂ 'ਚ ਐਡਮਿਸ਼ਨ ਲੈਣੀ ਹੈ ਅਤੇ ਉਹ ਕਾਮਨ ਐਂਟਰੈਂਸ ਟੈਸਟ ਜਿਹੜਾ ਪੰਜਾਬ ਯੂਨੀਵਰਸਿਟੀ ਸਾਰੇ ਪੰਜਾਬ ਲਈ ਲੈ ਰਹੀ ਹੈ ਉਹਦੇ ਵਿੱਚੋਂ ਸ਼ਾਮਿਲ ਨਹੀਂ ਹੋਣਗੇ ਸੋ ਇਹ ਜਾਣਕਾਰੀ ਸੀ ਮੇਰੇ ਖਿਆਲ 'ਚ ਜੇ 4 ਜੂਨ ਨੂੰ ਆਪਣੇ ਤੋਂ ਤੁਹਾਨੂੰ ਡਾਕੂਮੈਂਟ ਤਿਆਰ ਕਰ ਲੈਣੇ ਚਾਹੀਦੇ ਹਨ ਮੈਂ ਅਗਲੀ ਵੀਡੀਓ ਵਿੱਚ ਦੱਸ ਦੇਵਾਂਗਾ ਕਿ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਫੋਰਮ ਫਿਲ ਕਰਦੇ ਮੈਨੂੰ ਬੇਸ਼ੱਕ ਯਾਦ ਕਰਵਾ ਦੇਣਾ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਕਿਹੜੀਆਂ ਗਲਤੀਆਂ ਨੋਰਮਲੀ ਕੀਤੀਆਂ ਜਾਂਦੀਆਂ ਹਨ ਵੈਸੇ ਮੈਂ ਆਲਰੇਡੀ ਕੁਛ ਰੀਲਸ ਇੱਥੇ ਪਾਈਆਂ ਹੋਈਆਂ ਹਨ ਨੋਰਮਲੀ ਜਿਹੜੀਆਂ ਗਲਤੀਆਂ ਕੀਤੀਆਂ ਜਾਂਦੀਆਂ ਹਨ ਸੋ ਉਹ ਗਲਤੀਆਂ ਤੋਂ ਬਚਣਾ ਹੈ ਜਿਹਦੇ ਕਰਕੇ ਤੁਹਾਡੇ ਯੂਨੀਵਰਸਿਟੀ ਚੱਕਰ ਲੱਗ ਸਕਦੇ ਹੈ ਤੁਹਾਡਾ ਰਿਜ਼ਲਟ ਲੇਟ ਵੀ ਹੋ ਸਕਦਾ ਹੈ ਪੈਂਡਿੰਗ ਵੀ ਹੋ ਸਕਦਾ ਹੈ ਔਰ ਖਰਚਾ ਥੋੜ੍ਹਾ ਵੱਧ ਸਕਦਾ ਹੈ ਇਸ ਲਈ ਉਹ ਗਲਤੀ ਨਹੀਂ ਕਰਨੀ ਐਡਮਿਸ਼ਨ ਹੋ ਜਾਏਗੀ ਟੈਨਸ਼ਨ ਨਹੀਂ ਲੈਣੀ ਲੇਕਿਨ ਤੁਸੀਂ ਇੱਕ ਗਲਤੀ ਕਰਕੇ ਇਨਫੋਰਮੇਸ਼ਨ ਗਲਤ ਦੇ ਕੇ ਕੋਈ ਆਪਣੀ ਟੈਨਸ਼ਨ ਇਨਵਾਈਟ ਕਰ ਸਕਦੇ ਹੋ ਉਹ ਇਨਵਾਈਟ ਨਹੀਂ ਕਰਨੀ ਸੋ ਇਸ ਗੱਲ ਦਾ ਧਿਆਨ ਰੱਖਣਾ ਹੈ ਸੋ ਆਪਣੇ ਡਾਕੂਮੈਂਟ ਕਿਹੜੇ ਹੋਣਗੇ ਇਹ ਵੀ ਮੈਂ ਨੈਕਸਟ ਵੀਡੀਓ 'ਚ ਦੱਸ ਦਾਂਗਾ ਵੈਸੇ ਰੀਲ ਹੋਏਗੀ ਜੇ ਹੈ ਤਾਂ ਰੀਲ ਤੁਸੀਂ ਉਹ ਦੇਖ ਸਕਦੇ ਹੋ ਜੇ ਮੈਨੂੰ ਮਿਲੀ ਤਾਂ ਮੈਂ ਇਸ ਵਿੱਚ ਥੱਲੇ ਲਿੰਕ ਦੇ ਦਿਆਂਗਾ ਥੈਂਕ ਯੂ ਡਾਕਟਰ ਪੀਰ ਸਿੰਘ ਲਾਲ ਬੱਚਾ